ਅੱਜ ਗੱਲ ਕਰਾਂਗੇ ਦੁਨੀਆ ਦਾ ਇੱਕ ਅਜਿਹਾ ਗੁਰਦੁਆਰਾ ਜਿਸ ਦੇ ਅੰਦਰ ਜਾਣ ਲਈ ਹਵਾਈ ਜਹਾਜ਼ ਦਾ ਰਨਵੇ ਕ੍ਰੋਸ ਕਰਨਾ ਪੈਂਦਾ ਹੈ। ਦੁਨੀਆ ਦਾ ਇਕਲੌਤਾ ਇਹੋ ਜਿਹਾ ਗੁਰਦੁਆਰਾ ਜਿਹੜਾ ਹਵਾਈ ਅੱਡੇ ਦੇ ਹਦੂਦ ਦੇ ਅੰਦਰ ਸਥਿਤ ਹੈ। ਜੀ ਹਾਂ, ਗੱਲ ਕਰ ਰਹੇ ਹਾਂ ਬਾਬਾ ਜਵੰਦ ਸਿੰਘ ਜੀ ਦੇ ਅਸਥਾਨ ਗੁਰਦੁਆਰਾ ਸੰਤਸਰ ਸਾਹਿਬ ਦੀ, ਜੋ ਕਿ ਅੰਮ੍ਰਿਤਸਰ ਦੇ ਰਾਜਾਸਾਂਸੀ ਸੀ ਸਥਿਤ ਹਵਾਈ ਅੱਡਾ ਸ਼੍ਰੀ ਗੁਰੂ ਰਾਮਦਾਸ ਇੰਟਰਨੈਸ਼ਨਲ ਏਅਰਪੋਰਟ ਦੀ ਹਦੂਦ ਦੇ ਅੰਦਰ ਸਥਿਤ ਹੈ ਅਤੇ ਸੰਗਤਾਂ ਦੇ ਵਾਸਤੇ ਇਹ ਦਰਸ਼ਨ ਕਰਨ ਵਾਸਤੇ ਗੁਰਦੁਆਰਾ ਸਾਹਿਬ ਖੁੱਲ੍ਹਾ ਹੈ, ਪਰ ਸੰਗਤਾਂ ਦੇ ਦਰਸ਼ਨ ਕਰਨ ਦੇ ਲਈ ਇੱਕ ਵਿਸ਼ੇਸ਼ ਸਮਾਂ ਨਿਰਧਾਰਿਤ ਕੀਤਾ ਹੋਇਆ ਹੈ। ਉਸੇ ਸਮੇਂ ਦੇ ਵਿੱਚ ਸੰਗਤਾਂ ਗੁਰਦੁਆਰਾ ਸਾਹਿਬ ਦੇ ਅੰਦਰ ਦਰਸ਼ਨ ਕਰਨ ਜਾ ਸਕਦੀਆਂ ਨੇ ਅਤੇ ਉਹ ਵੀ ਏਅਰਪੋਰਟ ਅਥਾਰਿਟੀ ਦੇ ਆਗਿਆ ਦੇ ਨਾਲ ਅਤੇ ਇੱਕ ਵਿਸ਼ੇਸ਼ ਸੁਰੱਖਿਆ ਘੇਰੇ ਦੇ ਵਿੱਚੋਂ ਲੰਘ ਕੇ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕੀਤੇ ਜਾ ਸਕਦੇ ਨੇ। ਇਹ ਗੁਰੂ ਘਰ ਏਅਰਪੋਰਟ ਦੀ ਹਦੂਦ ਦੇ ਅੰਦਰ ਸਥਿਤ ਹੈ, ਇਸ ਕਰਕੇ ਜਿਹੜੀ ਏਅਰਪੋਰਟ ਅਥਾਰਿਟੀ ਹੈ ਜਾਂ ਫਿਰ ਜਿਹੜੀ ਇੱਥੋਂ ਦੀ ਪ੍ਰਬੰਧਕ ਕਮੇਟੀ ਹੈ, ਉਹਨਾਂ ਦੇ ਵੱਲੋਂ ਬੜੇ ਹੀ ਸਤਿਕਾਰ ਦੇ ਨਾਲ ਇਸ ਗੁਰੂ ਘਰ ਦੀ ਸਾਂਭ ਸੰਭਾਲ ਕੀਤੀ ਜਾ ਰਹੀ ਹੈ। ਅਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਇਸੇ ਗੁਰਦੁਆਰਾ ਅਸਥਾਨ ਦੀ ਕਿ ਜਿਹੜਾ ਇਹ ਗੁਰੂ ਘਰ ਆ ਇਹ ਹਵਾਈ ਅੱਡੇ ਦੀ ਹਦੂਦ ਦੇ ਅੰਦਰ ਕਿੰਝ ਬਣਿਆ, ਕੀ ਹੈ ਇਹਦਾ ਇਤਿਹਾਸ। ਉਹਦੇ ਬਾਰੇ ਜਾਣਨ ਵਾਸਤੇ ਸਭ ਤੋਂ ਪਹਿਲਾਂ ਆਪਾਂ ਜਾਣਦੇ ਹਾਂ ਬਾਬਾ ਜਵੰਦ ਸਿੰਘ ਜੀ ਦੇ ਬਾਰੇ ਕਿ ਕੌਣ ਹਨ, ਜਿਨ੍ਹਾਂ ਦਾ ਇਹ ਅਸਥਾਨ ਆ ਅਤੇ ਕਿਵੇਂ ਇਹ ਗੁਰਦੁਆਰਾ ਬਣਿਆ ਇਸ ਹਦੂਦ ਏਅਰਪੋਰਟ ਦੀ ਹਦੂਦ ਦੇ ਅੰਦਰ। ਬਾਬਾ ਜਵੰਦ ਸਿੰਘ ਜੀ ਸੰਗਤਾਂ ਨੂੰ ਆਪਸੀ ਭੇਦਭਾਵ ਮਿਟਾ ਕੇ ਪਰਮਾਤਮਾ ਦੇ ਨਾਲ ਜੋੜਨ ਵਾਲੇ, ਕਿਰਤ ਕਰਨ ਵਾਲੇ, ਨਾਮ ਬਾਣੀ ਦੇ ਰਸੀਏ ਬਾਬਾ ਜਵੰਦ ਸਿੰਘ, ਜਿਨ੍ਹਾਂ ਦਾ ਜਨਮ ਹੋਇਆ ਸਾਉਣ ਮਹੀਨੇ 1880 ਨੂੰ ਪਿੰਡ ਭੰਗਵਾਂ ਮਾਈ ਖੇਮੀ ਦੀ ਕੁੱਖੋਂ ਭਾਈ ਨੱਥਾ ਸਿੰਘ ਦੇ ਘਰ। ਅਤੇ ਬਾਬਾ ਜਵੰਦ ਸਿੰਘ ਛੋਟੀ ਉਮਰ ਤੋਂ ਹੀ ਬਾਣੀ ਦੇ ਵਿੱਚ, ਭਗਤੀ ਦੇ ਵਿੱਚ ਲੀਨ ਰਹਿਣ ਲੱਗ ਪਏ। ਆਪਣੀ ਰਸਨਾ ਤੋਂ ਜੋ ਵੀ ਬਚਨ ਉਚਾਰਦੇ ਉਹ ਸੱਚ ਹੋ ਜਾਂਦੇ। 17 ਕੁ ਸਾਲ ਦੀ ਉਮਰ ਦੇ ਵਿੱਚ ਬਾਬਾ ਜਵੰਦ ਸਿੰਘ ਜੀ ਦਾ ਵਿਆਹ ਹੋਇਆ ਬਟਾਲਾ ਵਿਖੇ ਅਤੇ ਉਹਨਾਂ ਦੇ ਸਹੁਰੇ ਗੰਡਾ ਸਿੰਘ ਨੇ ਉਹਨਾਂ ਦੀ ਦਿੱਲੀ ਪੁਲਿਸ ਦੇ ਵਿੱਚ ਭਰਤੀ ਕਰਵਾ ਦਿੱਤੀ, ਨੌਕਰੀ ਲਗਵਾ ਦਿੱਤੀ। ਦਿੱਲੀ ਵਿਖੇ ਬਾਬਾ ਜਵੰਦ ਸਿੰਘ ਗੁਰਦੁਆਰਾ ਸੀਸਗੰਜ ਸਾਹਿਬ ਵਿਖੇ ਆਸਾ ਦੀ ਵਾਰ ਦਾ ਕੀਰਤਨ ਕਰਿਆ ਕਰਦੇ ਸਨ। ਹੁਣ ਉਹ ਕੀਰਤਨ ਇੰਨਾ ਕੁ ਜ਼ਿਆਦਾ ਵਧੀਆ ਕਰਦੇ ਸੀ, ਮਿੱਠਾ ਕਰਦੇ ਸੀ ਕਿ ਸੰਗਤਾਂ ਜਿਹੜੀਆਂ ਸੀ ਉਹ ਦੂਰ ਦੁਰਾਡੇ ਤੋਂ ਕੀਰਤਨ ਸ਼੍ਰਵਣ ਕਰਨ ਵਾਸਤੇ ਇੱਥੇ ਪਹੁੰਚਦੀਆਂ ਸੀ। ਪ੍ਰਭੂ ਦੇ ਚਰਨਾਂ ਦੀ ਖਿੱਚ, ਨਾਮ ਬਾਣੀ ਦੀ ਖਿੱਚ, ਭਗਤੀ ਦੀ ਖਿੱਚ ਸੀ ਕਿ ਭਾਈ ਸਾਹਿਬ ਬਾਬਾ ਜਵੰਦ ਸਿੰਘ ਜੀ ਜਿਹੜੇ ਸੀਗੇ ਉਹਨਾਂ ਨੇ ਇਸ ਨੌਕਰੀ ਨੂੰ ਛੱਡ ਦਿੱਤਾ। ਨੌਕਰੀ ਛੱਡ ਕੇ ਬੂਟਾ ਸਿੰਘ ਠੇਕੇਦਾਰ ਦੇ ਕੋਲ ਰਾਵਲਪਿੰਡੀ ਗੁਰਦੁਆਰਾ ਸਾਹਿਬ ਵਿਖੇ ਚਲੇ ਗਏ ਅਤੇ ਬਾਅਦ ਵਿੱਚ ਫਿਰੋਜ਼ਪੁਰ ਸਾਰਾਗੜੀ ਗੁਰਦੁਆਰਾ ਸਾਹਿਬ ਵਿਖੇ ਆ ਗਏ। ਇੱਥੇ ਹੀ ਉਹਨਾਂ ਦਾ ਮਿਲਾਪ ਹੋਇਆ ਸੀ ਬਾਬਾ ਆਨੰਦ ਸਿੰਘ ਜੀ ਨਾਨਕਸਰ ਵਾਲਿਆਂ ਦੇ ਨਾਲ। ਦੋਵੇਂ ਇਕੱਠੇ ਹੀ ਭਗਤੀ ਕਰਦੇ, ਭਗਤੀ ਦੇ ਵਿੱਚ ਲੀਨ ਹੁੰਦੇ, ਭਗਤੀ ਦੇ ਵਿੱਚ ਜੁੜ ਜਾਂਦੇ। ਬਾਅਦ ਵਿੱਚ ਬਾਬਾ ਜਵੰਦ ਸਿੰਘ ਜੀ ਨੇ ਰਾਜਾਸਾਂਸੀ ਵਿਖੇ ਆ ਕੇ ਜਿਹੜੀ ਭਗਤੀ ਹੈ ਉਹ ਕਰਨੀ ਸ਼ੁਰੂ ਕਰ ਦਿੱਤੀ ਅਤੇ ਇਹ ਉਹੀ ਜਗ੍ਹਾ ਹੈ ਜਿੱਥੇ ਗੁਰਦੁਆਰਾ ਸਾਹਿਬ ਹੁਣ ਬਣਿਆ ਹੋਇਆ। ਇਸੇ ਜਗ੍ਹਾ ਦੇ ਉੱਤੇ ਉਹ ਭਗਤੀ ਕਰਿਆ ਕਰਦੇ ਸੀ, ਭਗਤੀ ਦੇ ਵਿੱਚ ਜੁੜਿਆ ਕਰਦੇ ਸੀ ਅਤੇ ਉਸੇ ਜਗ੍ਹਾ ਦੇ ਉੱਤੇ ਹੁਣ ਇਹ ਗੁਰਦੁਆਰਾ ਸਾਹਿਬ, ਗੁਰਦੁਆਰਾ ਸੰਤਸਰ ਸਾਹਿਬ ਬਣਿਆ ਹੋਇਆ ਹੈ ਜਿਹੜਾ ਕਿ ਏਅਰਪੋਰਟ ਦੀ ਹਦੂਦ ਦੇ ਅੰਦਰ ਸਥਿਤ ਹੈ। ਬਾਬਾ ਜਵੰਦ ਸਿੰਘ ਭਗਤੀ ਕਰਦੇ, ਕਿਰਤ ਕਰਦੇ ਹਾੜ ਦੇ ਮਹੀਨੇ 1800 ਨੂੰ ਗੁਰੂ ਚਰਨਾਂ ਦੇ ਵਿੱਚ ਜਾ ਬਿਰਾਜੇ ਅਤੇ ਉਹਨਾਂ ਦੀ ਜਿਹੜੀ ਭਗਤੀ ਜਗ੍ਹਾ ਸੀ, ਭਗਤੀ ਅਸਥਾਨ ਆ, ਉੱਥੇ ਏਅਰਪੋਰਟ ਅਥਾਰਿਟੀ ਵੱਲੋਂ ਜਾਂ ਜਿਹੜੀ ਉਹਨਾਂ ਦੀ ਬਣਾਈ ਪ੍ਰਬੰਧਕ ਕਮੇਟੀ ਆ, ਇਲਾਕਾ ਨਿਵਾਸੀਆਂ ਦੇ ਸਹਿਯੋਗ ਦੇ ਨਾਲ
ਇੱਕ ਬਹੁਤ ਹੀ ਸ਼ਾਨਦਾਰ ਗੁਰਦੁਆਰਾ ਇਮਾਰਤ ਖੜੀ ਕੀਤੀ ਗਈ, ਗੁਰਦੁਆਰਾ ਸੰਤਸਰ ਸਾਹਿਬ, ਜਿੱਥੇ ਹੁਣ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸੰਗਤਾਂ ਜਾ ਕੇ ਨਤਮਸਤਕ ਹੁੰਦੀਆਂ ਨੇ, ਅਤੇ ਸੰਗਤਾਂ ਦੇ ਵਾਸਤੇ ਅੱਜ ਕੱਲ੍ਹ ਇੱਕ ਵੱਖਰਾ ਗੇਟ ਬਣਾ ਦਿੱਤਾ ਗਿਆ ਹੈ ਗੁਰਦੁਆਰਾ ਸਾਹਿਬ ਵਿਖੇ ਜਾਣ ਦੇ ਲਈ, ਅਤੇ ਰੋਜ਼ਾਨਾ ਸੰਗਤਾਂ ਸਵੇਰੇ 6 ਵਜੇ ਤੋਂ 8:30 ਵਜੇ ਤੱਕ ਗੁਰਦੁਆਰਾ ਸਾਹਿਬ ਜਾ ਕੇ ਦਰਸ਼ਨ ਕਰ ਸਕਦੀਆਂ ਨੇ। ਸੰਗਰਾਂਦ ਵਾਲੇ ਦਿਨ ਸਵੇਰੇ 8 ਵਜੇ ਤੋਂ ਦੁਪਹਿਰ 12 ਵਜੇ ਤੱਕ ਗੁਰਦੁਆਰਾ ਸਾਹਿਬ ਦੇ ਜਿਹੜੇ ਗੇਟ ਆ ਉਹ ਖੁੱਲ੍ਹੇ ਰਹਿੰਦੇ ਨੇ ਸੰਗਤਾਂ ਦੇ ਵਾਸਤੇ ਦਰਸ਼ਨ ਕਰਨ ਦੇ ਲਈ। ਦੱਸ ਦਈਏ ਕਿ ਬਾਬਾ ਜਵੰਦ ਸਿੰਘ ਜੀ ਦਾ ਜਿਹੜਾ ਇਹ ਅਸਥਾਨ ਆ, ਇੱਥੇ ਹਮੇਸ਼ਾ ਕੀਰਤਨ ਦੇ ਪ੍ਰਵਾਹ ਤਾਂ ਚੱਲਦੇ ਹੀ ਰਹਿੰਦੇ ਨੇ, ਪਰ ਸੰਗਤਾਂ ਦੇ ਸਹਿਯੋਗ ਦੇ ਨਾਲ, ਪ੍ਰਬੰਧਕ ਕਮੇਟੀ ਦੇ ਸਹਿਯੋਗ ਦੇ ਨਾਲ ਇੱਥੇ ਅਖੰਡ ਪਾਠ ਸਾਹਿਬ ਵੀ ਹੁੰਦੇ ਨੇ। ਉਹਨਾਂ ਦੀ ਬਰਸੀ ਜਿਹੜੀ ਹੈ ਉਹ ਵੀ ਹਰ ਸਾਲ ਮਨਾਈ ਜਾਂਦੀ ਹੈ, ਅਤੇ ਸੰਗਤਾਂ ਜਿਹੜੀਆਂ ਆ ਇਸ ਗੁਰਦੁਆਰਾ ਸਾਹਿਬ ਦਰਸ਼ਨ ਕਰਨ ਵਾਸਤੇ ਦੂਰ ਦੁਰਾਡੇ ਤੋਂ ਚੱਲ ਕੇ ਆਉਂਦੀਆਂ ਨੇ। ਉਹਨਾਂ ਦੀ ਇਹ ਸ਼ਰਧਾ ਆ ਕਿ ਇੱਥੇ ਆਣ ਕੇ ਜੋ ਵੀ ਮੁਰਾਦ ਕਰਦੇ ਆ ਅਤੇ ਉਹ ਪੂਰੀ ਹੋ ਜਾਂਦੀ ਹੈ। ਸੋ ਇਹ ਸੀ ਅੱਜ ਦੀ ਵੀਡੀਓ ਜਿਹਦੇ ਵਿੱਚ ਆਪਾਂ ਗੱਲ ਕੀਤੀ ਦੁਨੀਆ ਦਾ ਇਕਲੌਤਾ ਇੱਕੋ ਇਹੋ ਜਿਹਾ ਗੁਰਦੁਆਰਾ ਜਿਹੜਾ ਕਿ ਇੰਟਰਨੈਸ਼ਨਲ ਏਅਰਪੋਰਟ ਦੀ ਹਦੂਦ ਦੇ ਅੰਦਰ ਸਥਿਤ ਹੈ। ਵੀਡੀਓ ਕਿਹੋ ਜਿਹੀ ਲੱਗੀ, ਆਪਣੇ ਕਮੈਂਟ ਜਿਹੜੇ ਆ, ਆਪਣੇ ਸੁਝਾਇਆ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੇਣਾ।